ਬਾਈਬਲ ਲੈ ਕੇ ਪਰਛੱਤੀ ਉੱਤੇ ਰੱਖੀ ਹੁੰਦੀ, ਨਾ ਸਾਡੇ ਕੋਲ ਪੜ੍ਹਨ ਦਾ ਟਾਈਮ ਆ, ਨਾ ਉਹਨੂੰ ਦੇਖਣ ਦਾ ਟਾਈਮ ਆ। ਸਾਨੂੰ ਤਾਂ ਕੋਈ ਆਵੇ ਇੱਥੇ ਸਟੇਜ 'ਤੇ ਬੈਠ ਕੇ ਦੱਸ ਜਾਵੇ ਤਾਂ ਅਸੀਂ ਉਹਨੂੰ ਮੰਨ ਲੈਣਾ, ਅਸੀਂ ਕਿਤਾਬ ਨੂੰ ਮੰਨਣਾ। ਕਿਤਾਬ ਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਕਿ ਬਾਈਬਲ ਘਰ 'ਚ ਪਈ ਹੈ ਉਹਨੂੰ ਪੜ੍ਹ ਲਈਏ ਜਾਂ ਦੇਖ ਲਈਏ ਵੀ ਜੋ ਦੱਸਿਆ ਗਿਆ ਉਸੇ ਤਰ੍ਹਾਂ ਹੈਗਾ ਵੀ ਆ ਕਿ ਨਹੀਂ ਹੈਗਾ। ਪਰ ਖੁਦਾ ਦਾ ਦਾਸ ਲਿਖਦਾ ਵੀ ਇਹ ਲੋਕ ਤਾਂ ਚੰਗੇ ਸੀ ਕਿਉਂਕਿ ਇਹਨਾਂ ਨੇ ਕਲਾਮ ਨੂੰ ਦਿਲ ਦੀ ਵੱਡੀ ਚਾਹ ਦੇ ਨਾਲ ਮੰਨ ਲਿਆ ਅਤੇ ਕਿਤਾਬਾਂ ਦੇ ਵਿੱਚ ਉਹਦੀ ਭਾਲ ਕਰਦੇ ਰਹੇ ਵੀ ਜੋ ਉਸ ਖੁਦਾ ਦਾ ਦਾਸ ਦੱਸ ਕੇ ਗਿਆ ਇਸ ਤਰ੍ਹਾਂ ਹੈਗਾ ਵੀ ਆ ਕਿ ਨਹੀਂ ਹੈਗਾ। ਇੱਕ ਨੇ ਤੁਹਾਡੇ ਕੋਲ ਕਹਿਣਾ ਭੰਗੜਾ ਪਾ ਲੈਣਾ ਠੀਕ ਹੈ ਜੀ ਬਾਈਬਲ ਦੇ ਅਨੁਸਾਰ ਤੁਸੀਂ ਭੰਗੜਾ ਪਾਉਣ ਲੱਗ ਪੈਣਾ। ਦੂਜੇ ਨੇ ਕਹਿਣਾ ਨਹੀਂ ਜੀ ਭੰਗੜਾ ਪਾਉਣਾ ਨਹੀਂ ਠੀਕ, ਤੁਸੀਂ ਭੰਗੜਾ ਬੰਦ ਕਰ ਦੇਣਾ। ਇੱਕ ਦਿਨ ਕਹਿਣਾ ਆਹ ਨਹੀਂ ਠੀਕ, ਤੁਸੀਂ ਉਹ ਛੱਡ ਦੇਣਾ। ਦੂਜੇ ਕਹਿਣਾ ਨਹੀਂ ਉਹ ਠੀਕ ਹੈ ਜੀ, ਤੁਸੀਂ ਉਹ ਕਰਨ ਲੱਗ ਪੈਣਾ। ਯਾਨੀ ਕਿ ਤੁਹਾਡਾ ਤਾਂ ਹਿਸਾਬ ਉਹ ਹਿਸਾਬ ਆ ਵੀ ਜਿਵੇਂ ਮਦਾਰੀ ਦੀ ਮਰਜ਼ੀ ਆ, ਉਹ ਆਪਣੇ ਜਾਨਵਰ ਨੂੰ ਜਿਸ ਮਰਜ਼ੀ ਤਰੀਕੇ ਨਾਲ ਨਚਾਵੇ ਉਹਨੇ ਉਸੇ ਤਰ੍ਹਾਂ ਹੀ ਨੱਚਣਾ ਆ। ਪਰ ਕਿਤਾਬ ਸਾਨੂੰ ਇਸੇ ਕਰਕੇ ਸਾਡੀ ਭਾਸ਼ਾ ਦੇ ਵਿੱਚ ਦਿੱਤੀ ਗਈ ਹੈ ਵੀ ਇਹਨੂੰ ਅਸੀਂ ਪੜ੍ਹੀਏ ਅਤੇ ਸੱਚ ਨੂੰ ਪ੍ਰਾਪਤ ਹੋ ਸਕੀਏ, ਸਾਨੂੰ ਪਤਾ ਲੱਗੇ ਵੀ ਅਸਲ 'ਚ ਪਰਮੇਸ਼ਵਰ ਕੀ ਚਾਹੁੰਦਾ ਆ। ਹਾਲੇਲੂਇਆ। ਕਹਿੰਦੇ ਦਾਊਦ ਨੱਚਿਆ ਸੀ, ਅੱਜ ਇਸ ਕਰਕੇ ਚਰਚਾਂ ਦੇ ਵਿੱਚ ਡਾਂਸ ਹੋ ਰਹੇ ਆ। ਦਾਊਦ ਪਵਿੱਤਰ ਜਾਂ ਅਤਿ ਪਵਿੱਤਰ ਸਥਾਨ ਦੇ ਅੰਦਰ ਜਾ ਕੇ ਨਹੀਂ ਸੀ ਨੱਚਿਆ, ਅਤੇ ਅੱਜ ਡਾਂਸ ਕਿੱਥੇ ਹੋ ਰਿਹਾ ਭਲਾ? ਹਾਂਜੀ, ਅੱਜ ਕਿੱਥੇ ਹੋ? ਸਾਰੇ ਬੋਲਣਾ, ਤੁਹਾਨੂੰ ਪਤਾ ਹੀ ਆ। ਜੇ ਪਤਾ ਹੈ ਤਾਂ ਫਿਰ ਬੋਲਣਾ ਕਿੱਥੇ ਹੋ ਰਿਹਾ ਅੱਜ ਡਾਂਸ? ਅੱਜ ਚਰਚਾਂ ਦੇ ਅੰਦਰ ਡਾਂਸ ਹੋ ਰਿਹਾ ਹੈ। ਅਤਿ ਪਵਿੱਤਰ ਸਥਾਨ ਦੇ ਅੰਦਰ ਮਹਾਂਜਾਜਕ ਸਾਲ ਦੇ ਵਿੱਚ ਸਿਰਫ ਇੱਕੋ ਵਾਰੀ ਦਾਖਲ ਹੋ ਸਕਦਾ ਸੀ ਲੋਕਾਂ ਦੇ ਗੁਨਾਹਾਂ ਦੇ ਪ੍ਰਾਸ਼ਚਿਤ ਦੇ ਲਈ, ਅਤੇ ਜੇ ਉਹਦੇ ਵਿੱਚ ਪਾਪ ਪਾਇਆ ਜਾਂਦਾ ਸੀ ਤਾਂ ਪਰਮੇਸ਼ੁਰ ਉਹਨੂੰ ਵੀ ਅੰਦਰ ਹੀ ਮਾਰ ਦਿੰਦਾ ਸੀ, ਅਤੇ ਉਹਨੂੰ ਫਿਰ ਅੰਦਰੋਂ ਕੋਈ ਚੁੱਕ ਕੇ ਵੀ ਲਿਆ ਸਕਦਾ ਨਹੀਂ ਸੀ, ਅਤੇ ਫਿਰ ਸੰਗਲਾਂ ਦੇ ਨਾਲ ਉਹਨੂੰ ਬਾਹਰ ਖਿੱਚਿਆ ਜਾਂਦਾ ਸੀ। ਉਸ ਅਤਿ ਪਵਿੱਤਰ ਸਥਾਨ ਦੇ ਅੰਦਰ ਛੋਟੀ ਜਿਹੀ ਵੀ ਗਲਤੀ ਬਰਦਾਸ਼ਤ ਪਰਮੇਸ਼ੁਰ ਕਰਦਾ ਨਹੀਂ ਸੀ। ਅੱਜ ਤੁਸੀਂ ਹੋ ਪਰਮੇਸ਼ੁਰ ਦਾ ਅਤਿ ਪਵਿੱਤਰ ਸਥਾਨ। ਅਗਰ ਦੁਨੀਆਂ ਦੇ ਵਿੱਚ ਬਣਾਏ ਹੋਏ ਇੱਕ ਤੰਬੂ ਦੇ ਅਤਿ ਪਵਿੱਤਰ ਸਥਾਨ ਦੇ ਵਿੱਚ ਉਹ ਛੋਟੀ ਜਿਹੀ ਵੀ ਗਲਤੀ ਬਰਦਾਸ਼ਤ ਨਹੀਂ ਕਰਦਾ, ਜੇ ਉਸ ਅਤਿ ਪਵਿੱਤਰ ਸਥਾਨ ਦੇ ਅੰਦਰ ਨਾਚ ਰੰਗ ਨਹੀਂ ਸੀ ਹੋ ਸਕਦਾ, ਤੇ ਅੱਜ ਅਸੀਂ ਕਿਵੇਂ ਸੋਚਦੇ ਹਾਂ ਕਿ ਪਾਕਰੂ ਪਰਮਾਨੈਂਟ ਤੌਰ ਦੇ ਉੱਤੇ ਸਾਡੇ ਅੰਦਰ ਵਿਰਾਜਮਾਨ ਆ ਇਸ ਅਤਿ ਪਵਿੱਤਰ ਸਥਾਨ ਦੇ ਅੰਦਰ, ਤੇ ਅੱਜ ਇਸ ਅਤਿ ਪਵਿੱਤਰ ਸਥਾਨ ਦੇ ਅੰਦਰ ਉਹ ਇਸ ਚੀਜ਼ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਦਾਊਦ ਕੋ ਇੱਕੋ ਵਾਰੀ ਉਹਨੂੰ ਮੌਕਾ ਮਿਲਿਆ ਅਤੇ ਉਹ ਵਿਚਾਰਾ ਨੱਚਿਆ ਸਿਰਫ ਇੱਕ ਵਾਰੀ। ਉਹਨਾਂ ਕੋਲ ਇੱਧਰ ਆ ਕੇ ਬੰਦਗੀ ਕਰ ਲਓ ਤੁਸੀਂ ਵੀ, ਜਿਹੜੀ ਗੱਲ ਅਸੀਂ ਛੱਡ ਦਿੰਦੇ ਹਾਂ। ਕਹਿੰਦੇ ਦਾਊਦ ਨੱਚਿਆ ਸੀ, ਇੱਕੋ ਵਾਰੀ ਨੱਚਿਆ ਗਿਆ ਬਾਈਬਲ ਦੇ ਵਿੱਚ, ਬਾਕੀ ਫਿਰ ਕਿਤੇ ਨੱਚਿਆ ਨਾ, ਉਸ ਤੋਂ ਪਹਿਲਾਂ ਕੋਈ ਨੱਚਿਆ ਤੇ ਨਾ ਕੋਈ ਬਾਅਦ ਵਿੱਚ ਨੱਚਿਆ। ਤੇ ਦਾਊਦ ਵੀ ਘਰੋਂ ਤਿਆਰੀ ਕਰਕੇ ਨਹੀਂ ਸੀ ਗਿਆ ਵੀ ਢੋਲ ਵਾਲੇ ਨੂੰ ਕਿਹਾ ਵੀ ਤੂੰ ਇੱਦਾਂ ਦਾ ਠੇਕਾ ਵਜਾਈ ਤੇ ਮੈਂ ਇੱਦਾਂ ਦਾ ਫਿਰ ਉੱਤੇ ਸਟੈਪ ਲਾਵਾਂਗਾ। ਦਾਊਦ ਜਦੋਂ ਨੱਚਿਆ ਉਹਨੂੰ ਆਪ ਨੂੰ ਵੀ ਨਹੀਂ ਸੀ ਪਤਾ ਵੀ ਮੈਂ ਨੱਚਣ ਲੱਗਾ ਹੈ, ਤੇ ਅਸੀਂ ਜਦੋਂ ਨੱਚਦੇ ਹਾਂ ਉਦੋਂ ਸਾਨੂੰ ਪਤਾ ਹੁੰਦਾ ਨਾ ਅਸੀਂ ਕਿਹੜੀ ਕਰਤੂਤ ਕਰਨ ਲੱਗੇ ਹਾਂ। ਹਾਂਜੀ, ਤੇ ਇਹ ਫਿਰ ਕਰਤੂਤ ਆਤਮਾ ਦੇ ਵਿੱਚ ਹੈ ਕਿ ਸਰੀਰ ਦੇ ਵਿੱਚ ਹੈ? ਤੇ ਫਿਰ ਉਹਦੀ ਤੁਲਨਾ ਕਿਹਦੇ ਨਾਲ ਕਰਦੇ ਹਾਂ? ਆਤਮਿਕ ਨੱਚਣ ਦੇ ਵਿੱਚ ਵੀ ਦਾਊਦ ਤੁਸੀਂ ਆਤਮਾ ਦੇ ਵਿੱਚ ਨੱਚੋ, ਮੈਨੂੰ ਕੋਈ ਪ੍ਰੋਬਲਮ ਨਹੀਂ ਗੀ, ਪਰ ਆਤਮਾ ਦੇ ਵਿੱਚ ਹੋਵੋਗੇ ਤੇ ਤਾਂ ਹੀ ਨੱਚੋਗੇ ਨਾ। ਹੈਗੇ ਸਰੀਰ ਦੇ ਵਿੱਚ ਆ ਤੇ ਕਹਿੰਦੇ ਅਸੀਂ ਆਤਮਾ ਦੇ ਵਿੱਚ ਨੱਚਦੇ ਹਾਂ, ਘਰੋਂ ਪੂਰੀ ਤਿਆਰੀ ਕਰਕੇ ਜਾਇਆ ਜਾਂਦਾ ਵੀ ਕ੍ਰਿਸਮਸ ਡੇ ਉੱਤੇ ਡਾਂਸ ਕਿਹੜਾ ਕਰਨਾ ਹੈ, ਗਾਣਾ ਵੀ ਸਿਲੈਕਟ ਕੀਤਾ ਹੁੰਦਾ ਪਹਿਲਾਂ। ਤੇ ਇਹ ਆਤਮਾ ਦੀ ਮਨਸ਼ਾ ਹੈ ਕਿ ਸਰੀਰ ਦੀ ਮਨਸ਼ਾ ਹੈ? ਦਾਊਦ ਇੱਕੋ ਵਾਰੀ ਨੱਚਿਆ ਤੇ ਉਹਨੂੰ ਵਿਚਾਰੇ ਨੂੰ ਨੱਚਣਾ ਵੀ ਨਹੀਂ ਸੀ ਆਉਂਦਾ, ਉਹਨੂੰ ਪਤਾ ਵੀ ਨਹੀਂ ਹੈ ਵੀ ਸਟੈਪ ਕਿਹਨੂੰ ਕਹਿੰਦੇ ਆ। ਉਹ ਤੇ ਇੱਕ ਤਰ੍ਹਾਂ ਟਪੂਸੀਆਂ ਮਾਰਨ ਡਿਆ ਸੀ, ਉਦਾਂ ਹੀ ਉੱਛਲਣ ਡਿਆ ਸੀ, ਉਹ ਖੁਸ਼ੀ ਦੇ ਵਿੱਚ ਪਰਮੇਸ਼ੁਰ 'ਚ ਇੰਨਾ ਮਗਨ ਹੋ ਗਿਆ ਸੀ ਉੱਛਲਣ ਲੱਗ ਪਿਆ। ਅਤੇ ਅੱਜ ਅਸੀਂ ਉੱਛਲ ਕੇ ਕਰਦੇ ਹਾਂ ਕਿ ਪੂਰਾ ਮਤਲਬ ਜਿੱਦਾਂ ਸਿਖਾਏ ਹੋਏ ਡਾਂਸਰ ਹੁੰਦੇ ਆ ਉੱਦਾਂ ਕਰਦੇ ਹਾਂ, ਔਰਕੈਸਟਰਾ ਵਾਲਿਆਂ ਵਾਂਗੂ ਅਸੀਂ ਵੀ ਪੂਰੀ ਤਿਆਰੀ ਕਰਕੇ ਜਾਂਦੇ ਹਾਂ ਅਤੇ ਫਿਰ ਕਹਿੰਦੇ ਆਤਮਾ ਦੇ ਵਿੱਚ ਨੱਚਦੇ ਹਾਂ। ਭਗਤੀ ਦਾ ਭੇਤ ਬੜਾ ਡੂੰਘਾ ਹੈ, ਇਹਨੂੰ ਸਮਝਣਾ ਪੈਣਾ ਆ। ਹਾਲੇਲੂਇਆ। ਜੇ ਸਮਝ ਲਵਾਂਗੇ ਤਾਂ ਬਚ ਜਾਵਾਂਗੇ। ਦਾਊਦ ਆਤਮਾ ਦੇ ਵਿੱਚ ਪੂਰੀ ਬਾਈਬਲ ਦੇ ਵਿੱਚ ਸਿਰਫ ਇੱਕ ਵਾਰੀ ਨੱਚਿਆ, ਉਹ ਵੀ ਭਵਨ ਦੇ ਅੰਦਰ ਨਹੀਂ। ਉਸ ਤੋਂ ਇਲਾਵਾ ਜਿੰਨੇ ਵੀ ਡਾਂਸ ਹੋਏ ਆ ਸਜ਼ਾ ਹੀ ਆਈ ਹੈ। ਉਹਨਾਂ ਨੇ ਸੋਨੇ ਦਾ ਬਛੜਾ ਬਣਾਇਆ ਅਤੇ ਉਹਦੇ ਆਲੇ ਦੁਆਲੇ ਭੰਗੜਾ ਪਾਇਆ, ਪਰਮੇਸ਼ੁਰ ਦਾ ਕ੍ਰੋਧ ਭੜਕਿਆ।
यूना का सिर वढ़वा दिता गया डांस करके। बेलटशस्तर बादशाह के समय के उन्होंने रब के घर चो लुटे हुए भांडिया के शराबा पाईया तो उत्थे भंगड़ा पाया। परमेश्वर ने उंगली दे नाल लिख दिता। जिथे जिथे भी नाच रंग होया परमेश्वर ने उत्थे सजा ही भेजी आ, आशीष भेजी नहीं है। भगती का भेत डूंगा आ, इन थोड़ा ध्यान दे नाल समझन की जरूरत आ। तो यह तां ही समझा जा सकता कि जो असीं सुनीए तो किताबां दे विच उहदी भाल करिए भी जो दस्या गया इसे तरह हैगा भी आ कि नहीं हैगा। अगर किताब उहदे उत्ते मोहर लाउंदी आ तो उहनूं कबूल करना है, किताब उहदे उत्ते मोहर नहीं लाउंदी तो कबूल नहीं करना, भावें मेरे वर्गा तो भावें मेरे तो अत महान क्यों ना आके इत्थे दस जावे। इस खुशखबरी तो सिवाय कहिंदा कोई फरिश्ता भी आके तुहानूं दूजी खुशखबरी दसे तो यकीन करना, यकीन ही नहीं करना। अज सानू तो मतलब भी कोई नहीं है, जिहड़ा मर्जी जो मर्जी दस जावे, साडे लई सारा कुछ सत वचन है जी। इदां ही असीं कह दिंदे ठीक है, जो कह गया इसे तरह ही होना है। लेकिन परमेश्वर साडे मन मते की भगती दे विच खुश, वो चाहुंदा कि असीं उहदी इच्छा दे अनुसार उहदी मर्जी दे अनुसार आत्मा दे नाल ते सच्चाई दे नाल उहदी भगती करिए। जदों आत्मा ते सच्चाई दे नाल भगती करांगे साडे अंदर एक खौफ होवेगा, एक डर होवेगा कि असीं भगती करनी है तो सानू किहो जे रहना चाहिए, किहो जिहा साडा बोलचाल, किहो जिहा साडा मिलवर्तन, किहो जिहा संसार दे विच रहण दा ढंग आ, तां कि साडी किसी भी हरकत तो दूजा बंदा ठोकर ना खा सके। गुरुद्वारे विच कदी अनाउंसमेंट करदे देखिआ भी हाँ जी गुरुद्वारा साहब दा टाइम हो गया तो सारे लोगों नूं बेनती की जाती है भी आ जाओ। तो तुसीं किन्ने वी इहनां लोकां ने नरक दे विच जाणा, ਇਹ ਨਰਕ ਚ ਜਾਣਗੇ ਕਿ ਸਾਡੇ ਨਾਲ ਪਹਿਲਾਂ ਸਵਰਗ ਚ ਚਲੇ ਜਾਣਗੇ, ਕਿਉਂਕਿ ਲਿਖਿਆ ਜਿਹੜਾ ਉਹਦੇ ਪ੍ਰਬੰਧ ਦੇ ਵਿੱਚ ਰਹਿੰਦਾ ਪਰਮੇਸ਼ੁਰ ਆਪਣੇ ਆਪ ਨੂੰ ਉਹਦੇ ਉੱਤੇ ਪ੍ਰਗਟ ਕਰ ਦਿੰਦਾ ਹੈ। ਇਹ ਨਾ ਹੋਵੇ ਸਾਡੇ ਦੇ ਉੱਤੇ ਪਰਦਾ ਪਿਆ ਰਹਿ ਜਾਵੇ ਅਤੇ ਉਹਨਾਂ ਦੇ ਉੱਤੇ ਪ੍ਰਗਟ ਹੋ ਜਾਵੇ। ਹਾਲੇਲੂਇਆ। ਕੁਰਨੇਲੀਅਸ ਉਹਦੇ ਲੋਕਾਂ ਵਿੱਚੋਂ ਨਹੀਂ ਸੀ, ਘਰੇ ਬੈਠਾ ਧਰਮ ਦੇ ਕੰਮ ਕਰਦਾ ਸੀਗਾ ਅਤੇ ਪਰਮੇਸ਼ੁਰ ਨੇ ਉਹਦੇ ਨਾਲ ਆਪਣੇ ਫਰਿਸ਼ਤੇ ਦੇ ਦੁਆਰਾ ਗੱਲ ਕੀਤੀ। ਇਹ ਨਾ ਹੋਵੇ ਅਸੀਂ ਮਨ ਮਤੇ ਦੀ ਭਗਤੀ ਦੇ ਵਿੱਚ ਹੀ ਰਹਿ ਜਾਈਏ ਅਤੇ ਪਰਮੇਸ਼ੁਰ ਆਪਣਾ ਫਰਿਸ਼ਤਾ ਭੇਜ ਕੇ ਉਹਨਾਂ ਦੇ ਨਾਲ ਗੱਲ ਕਰੇ ਅਤੇ ਬਾਅਦ 'ਚ ਉਹ ਸਾਡਾ ਮਜ਼ਾਕ ਉਡਾਉਣ ਵੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਜਾਣਾ ਸਵਰਗ ਦੇ ਵਿੱਚ ਅਤੇ ਤੁਸੀਂ ਤਾਂ ਬੈਠੇ ਹੋ ਨਰਕ ਦੇ ਵਿੱਚ ਅਤੇ ਅਸੀਂ ਕਿੱਥੇ ਹਾਂ, ਅਸੀਂ ਹਾਂ ਸਵਰਗ ਦੇ ਵਿੱਚ। ਸੋਚਣਾ ਪੈਣਾ ਹੈ ਸਾਨੂੰ। ਜਿੰਨੀ ਦੇਰ ਭਗਤੀ ਦੇ ਭੇਤ ਨੂੰ ਨਹੀਂ ਜਾਣਦੇ ਉੱਨੀ ਦੇਰ ਤੱਕ ਭਗਤੀ ਕਰੋ ਹੀ ਨਾ, ਉੱਨੀ ਦੇਰ ਤੱਕ ਭਗਤੀ ਕਰਨ ਦਾ ਕੋਈ ਫਾਇਦਾ ਹੈਗਾ ਹੀ ਨਹੀਂ ਹੈ, ਕਿਉਂਕਿ ਭਗਤੀ ਗਲਤ ਜਾਈ ਜਾ ਰਹੀ ਹੈ। ਉਹਨਾਂ ਨੇ ਆਪਣੇ ਮਨ ਮਤੇ ਦੀ ਭਗਤੀ ਕਰਦੇ ਹੋਏ ਕਹਿੰਦੇ ਪਰਮੇਸ਼ੁਰ ਨੇ ਸਾਨੂੰ ਇਸ ਇਸ ਕਿਸਮ ਦੇ ਮਸਾਲਿਆਂ ਦਾ ਹੁਕਮ ਦਿੱਤਾ ਵੀ ਇਸ ਇਸ ਕਿਸਮ ਦੇ ਮਸਾਲਿਆਂ ਦੇ ਨਾਲ ਧੂਪ ਬਣਾ ਕੇ ਤੁਸੀਂ ਮੇਰੇ ਹਜ਼ੂਰੀ ਦੇ ਵਿੱਚ ਤਿਖਾਉਣੀ ਹੈ। ਅਤੇ ਇਹ ਮਨ ਮਤੇ ਦੀ ਭਗਤੀ ਕਰਨ ਦਾ ਉਹਨਾਂ ਨੇ ਵਿਚਾਰ ਬਣਾਇਆ, ਕਹਿੰਦੇ ਵੀ ਪਰਮੇਸ਼ੁਰ ਨੂੰ ਹੋਰ ਜ਼ਿਆਦਾ ਖੁਸ਼ ਕੀਤਾ ਜਾ ਸਕਦਾ। ਪਰਮੇਸ਼ੁਰ ਨੇ ਜਿਹੜੀਆਂ ਜੜੀਆਂ ਬੂਟੀਆਂ ਦੱਸੀਆਂ ਸੀ ਨਾ ਉਹਨਾਂ ਨਾਲੋਂ ਜ਼ਿਆਦੀਆਂ ਸੁਗੰਧੀ ਵਾਲੀਆਂ ਜੜੀ ਬੂਟੀਆਂ ਅਸੀਂ ਲੱਭ ਲਈਆਂ ਹੈ ਅਤੇ ਹੁਣ ਅਸੀਂ ਇਹਨਾਂ ਜ਼ਿਆਦਾ ਸੁਗੰਧੀ ਵਾਲੀਆਂ ਜੜੀ ਬੂਟੀਆਂ ਦੀ ਧੂਫ ਤਿਖਾਉਂਦੇ ਹਾਂ ਉਹਦੇ ਹਜ਼ੂਰ ਅਤੇ ਸਾਨੂੰ ਹੋਰ ਜ਼ਿਆਦਾ ਆਸ਼ਿਸ਼ ਅਤੇ ਬਰਕਤ ਦਊਗਾ। ਨਦਾਬ ਅਤੇ ਅਬੀਹੂ ਦੋਨਾਂ ਭਰਾਵਾਂ ਨੇ ਸਲਾਹ ਕੀਤੀ ਆਪਣੀ ਅਕਲ ਦੀ ਧੂਫ ਬਣਾ ਕੇ ਪਰਮੇਸ਼ੁਰ ਦੇ ਹਜ਼ੂਰ ਤਿਖਾਉਣ ਵਾਸਤੇ। ਇਰਾਦਾ ਬੁਰਾ ਨਹੀਂ ਸੀ, ਵਿਚਾਰ 'ਚ ਕੋਈ ਖੋਟ ਨਹੀਂ ਗੀ, ਕਰਨਾ ਚੰਗਾ ਹੀ ਚਾਹੁੰਦੇ ਹੈ, ਪਰ ਭੁੱਲ ਗਏ ਕਿ ਪਰਮੇਸ਼ੁਰ ਨੂੰ ਆਪਣੇ ਦਿੱਤੇ ਹੋਏ ਹੁਕਮ ਅਨੁਸਾਰ ਕੰਮ ਕਰਨ ਵਾਲਾ ਬੰਦਾ ਪਸੰਦ ਆ, ਆਪਣੇ ਮਨ ਮਤੇ ਦੀ ਭਗਤੀ ਕਰਨ ਵਾਲਾ ਬੰਦਾ ਪਸੰਦ ਨਹੀਂ ਆ। ਚੰਗਾ ਵਿਚਾਰ, ਅੱਛਾ ਵਿਚਾਰ ਲੈ ਕੇ ਜਿਵੇਂ ਲਿਖਿਆ ਧੂਫ ਤਿਖਾਉਣ ਗਏ ਦੋਨੇ ਭਰਾ ਉਸੇ ਜਗ੍ਹਾ ਦੇ ਉੱਤੇ ਪਰਮੇਸ਼ੁਰ ਨੇ ਮਾਰ ਦਿੱਤੇ। ਅਗਿਆਨਤਾ ਦੇ ਵਿੱਚ ਕੀਤੀ ਹੋਈ ਭਗਤੀ ਬੜੀ ਖਤਰਨਾਕ ਆ, ਆਸ਼ਿਸ਼ ਦੀ ਬਜਾਏ ਸਰਾਪ ਲਿਆ ਸਕਦੀ ਹੈ। ਇਸ ਲਈ ਭਗਤੀ ਕਰਨ ਤੋਂ ਪਹਿਲਾਂ ਵਿਚਾਰ ਕਰੋ ਵੀ ਅਸੀਂ ਭਗਤੀ ਸਹੀ ਤਰੀਕੇ ਨਾਲ ਕਰ ਵੀ ਰਹੇ ਹਾਂ, ਸਾਡੀ ਭਗਤੀ ਤੋਂ ਪਰਮੇਸ਼ੁਰ ਖੁਸ਼ ਵੀ ਹੋ ਰਿਹਾ ਜਾਂ ਕਿ ਹੋਰ ਜ਼ਿਆਦਾ ਨਾਰਾਜ਼ ਹੋਈ ਜਾ ਰਿਹਾ ਹੈ। ਦਿਨ ਪ੍ਰਤੀ ਦਿਨ ਸਜ਼ਾ ਵੱਧਦੀ ਜਾ ਰਹੀ ਆ, ਇਹਦੀ ਨਿਸ਼ਾਨੀ ਇਹੀ ਆ ਕਿ ਮਨ ਮਤੇ ਦੀ ਭਗਤੀ ਕਰ ਰਹੇ ਹਾਂ, ਉਹਦੇ ਅਨੁਸਾਰ ਭਗਤੀ ਕਰਦੇ ਨਹੀਂ ਹੈ। ਦੂਸਰਾ ਰੈਫਰੈਂਸ ਅਸੀਂ ਦੇਖਦੇ ਹਾਂ, ਦੁਸ਼ਮਣਾਂ ਦੇ ਖੇਮੇ 'ਚੋਂ ਪਰਮੇਸ਼ੁਰ ਦੇ ਸੰਦੂਕ ਨੂੰ ਲੈ ਕੇ ਆਉਣਾ ਸੀ ਔਰ ਉਹਨਾਂ ਨੇ ਆਪਣੇ ਮਨ ਮਤੇ ਦੇ ਅਨੁਸਾਰ ਇੱਕ ਵਧੀਆ ਰੱਥ ਤਿਆਰ ਕੀਤਾ। ਕਹਿੰਦੇ ਮੋਢਿਆਂ 'ਤੇ ਤਾਂ ਬਥੇਰੀ ਦੇਰ ਤੋਂ ਚੱਕਦੇ ਆ ਰਹੇ ਹਾਂ, ਹੁਣ ਜਿਹੜਾ ਪਰਮੇਸ਼ੁਰ ਨੂੰ ਹੋਰ ਜ਼ਿਆਦਾ ਖੁਸ਼ ਕਰਦੇ ਹਾਂ
ते परमेश्वर नूं खुश करन दे लई एक जबरदस्त रथ अपनी अकल दा बनाया उहदे उत्ते उहनूं रखिया ते पूरे ढोल बजाउंदे होए परमेश्वर दे उस खुशी च शामिल हुंदे होए उहदे उस संदूक नूं असली जगह दे वाले ले जा रहे आ। लिखिया भी टायर उहदा जिहड़ा सीगा एक पत्थर दे उत्ते चढ़ गया ते संदूक दे सने उह जिहड़ा रथ सी उह उलटन लगा। एक ने फटाफट दिमाग आए कहिंदे वी इस तों पहलां कि संदूक डिग पवे सानू संदूक नूं रोक लैणा चाहीदा। जिवें उस संदूक नूं हाथ लाया परमेश्वर दा क्रोध भड़किया उहदी जान लै ली गई। इरादा बुरा सी जी, इरादे विच ते कोई खोट नहीं वी परमेश्वर दा संदूक किते डिग ना पवे। खोट इरादे दे विच नहीं सी, गुस्सा परमेश्वर नूं मन मते दी भगती दा सी कि अपनी अकल दी भगती क्यों कर रहे हैं। जदों मैं हुक्म दिता सी इस नेम दे संदूक नूं चार बंदे अपने मोढ़ियां दे उत्ते चुक के ले जाणगे ते फिर ये मेरे हुक्म तों बाहर काजे नहीं होए हैं। ते पुराने नेम नूं देखिया जावे ते नवे नेम दे विच सख्ताई होर ज़्यादा वधा दित्ती गई। जिथे कृपा दा युग आया नाल सख्ताई भी उन्नी ज़्यादा होगी क्योंकि हुण परमेश्वर रहिंदा आ विच। उदों पाकरू आउंदा सी ते काम करके निकल जांदा सी, हुण पाकरू पक्के तौर ते आके घर बना के बैठा है। हुण उह जांदा ते हुण जिहड़ी परहेजगारी है उहदे तों किते ज़्यादा डूंघे ते गहरे दे विच जा के करनी पैणी आ कि मेरी भगती परमेश्वर दे हुक्म दे अनुसार हैगी भी आ कि नहीं हैगी। जे होवेगी ते फिर कबूल होवेगी, जे नहीं होवेगी ते कबूल नहीं होवेगी। ते फिर कादे नहीं एवें इन्ना इन्ना खर्चा भी करना, टाइम अपना भी खराब करना, लोकां दा भी करवाउणा। जे भगती दे भेद दा ही नहीं पता ते फिर कादे नहीं भगती करनी है। छड्डो बाकी लोकां वांगू यही कह दो कि परमेश्वर है नहीं, घट्टो घट सज़ा तो घट जावांगे। साडे नालों नास्तिक बंदा चंगा जिहड़ा कहिंदा परमेश्वर हैगा ही नहीं है, लख दर्जे चंगा क्योंकि वह इन्ना कहण दा हौसला रखदा आ भी है नहीं गा ते वह मानदा ही नहीं। पर उहदे हैनी दे विच उहदी हां आ क्योंकि जिहड़ा कहिंदा ना नहीं हैगा वह एक क्लीयर करदा भी हैगा आ, ते जिहड़े कहिंदे हैगा आ वह चलदे ही नहीं। ते हुण परमेश्वर इहनां उत्ते ज़्यादा क्रोध पावेगा जिहड़े कहिंदे भी हैगा आ पर मनदे नास्तिक कहिंदा हैगा ही नहीं है ते वह मनदा भी नहीं। सो भगती दा भेत डूंघा है, इहनूं समझ के भगती करांगे ते पार उतर जावांगे। अपनी अखां नूं बंद करांगे, सिरां झुकावांगे, दुआ करांगे। प्यारे बासमानी तेरी तारीफ तेरा शुक्र करदे हां तेरी दया तेरी मुहब्बत दे वास्ते खुदावंद। तू बख्श खुदावंद कि तेरे लोग तेरे भगती दे भेत नूं समझ सकन खुदावंद, और तेरी इच्छा दे अनुसार भगती करन जो तेरे हजूर कबूल होवे खुदावंद, और तेरा मकसद हरेक जिंदगी च पूरा हो सके। साडी प्रार्थना नूं सुन लो मसीह यीशु दे नाम विच। हुण साडे खुदावंद यीशु मसीह दा फजल, खुदा बाप दी मुहब्बत, पाकरू दी संगत हुण तों लैके हमेशा तक उहदे तमाम लोकां दे नाल हुंदी रहे। आमीन।